ਗੁਰਦਸ਼ਬ ਦਰਸ਼ਨ ਕਰ ਲਏ ਆ ਤੁਸੀਂ ਵੇਖੋ ਕਿਦਾਂ ਭਰੀ ਹੋਈ ਐ ਇਹ ਸਭ ਤੋਂ ਛੋਟੀ ਉਮਰ ਦੇ ਪਿਆਰੇ ਸਨ ਸੋ ਹੁਣ ਤੇ ਕੋਈ ਮਨਚ ਇੱਛਾ ਹੋਰ ਨਹੀਂ ਨਾ ਰਹਿ ਗਈ ਰਹਿ ਗਈ ਆ ਵੀ ਦੋਵੇਂ ਬੇੜੇ ਇਕੱਠੇ ਹੀ ਬਨ ਕੇ ਚਲਾਉਣ ਦੇ ਆ ਮੋਤੀ ਵੇਖੋ ਰੰਗ ਬਰੰਗੇ ਕਿੰਨੇ ਸੋਹਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਜਰਾਤ ਵਿੱਚ ਹੀ ਹਾਂ ਜੀ ਹੁਣ ਉខਾ ਇੱਕ ਛੋਟਾ ਜਿਹਾ ਟਾਊਨ ਹੈ ਸਮੁੰਦਰ ਦਾ ਬਹੁਤ ਸਾਰਾ ਲੂਣ ਜਿਸ ਇਲਾਕੇ ਚ ਹੁੰਦਾ ਹੈ ਉੱਥੇ ਪਹੁੰਚੇ ਹਾਂ ਇੱਥੇ ਵੇਟ ਦਵਾਰਕਾ ਸੀ ਹੁਣ 베ੜੀ ਚ ਬੈਠ ਕੇ ਜਾਵਾਂਗੇ ਉਹ ਦਵਾਰਕਾ ਜਿੱਥੋਂ ਪਿਆਰੇ ਭਾਈ ਮੁਹਕਮ ਸਿੰਘ ਜੀ ਅਨੰਦਪੁਰ ਸਾਹਿਬ ਆਏ ਸਨ ਉਹਨਾਂ ਦਾ ਅਸਲੀ ਘਰ ਹੈ ਉਹਦੇ ਦਰਸ਼ਨ ਕਰਨ ਜਾਵਾਂਗੇ ਤੇ ਆਪਣੀ ਟੀਮ ਵਿੱਚ ਹੈ ਜੀ ਗੁਰਬਾਜ ਸਿੰਘ ਉਪਕਾਰਕ ਔਰ ਤੇ ਮਿਹਰਕੌਰ ਚਲਿਏ ਜੀ ਹੁਣ ਚਲਿਏ ਪੁੱਤਰ ਹਾਂਜੀ ਚਲਿਏ ਚਲਿਏ ਜਿੰਨ ਜਰ ਮੇਰ ਕੋਰ ਨਹੀਂ ਕਹਿੰਦੀ ਅਸੀਂ ਜਾ ਨਹੀਂ ਸਕਦੇ ਮੇਰ ਕੋਰ ਚਲੀਏ ਹਾਂਜੀ ਇਹ ਤੋਂ ਜ਼ਿਆਦਾ ਹੁਣ ਅਸੀਂ ਨਹੀਂ ਪੁੱਛ ਸਕਦੇ ਹੁਣ ਸਾਨੂੰ ਜਾਣਾ ਹੀ ਪੈਣਾ ਹੈ ਇਧਰ ਅੱਗੇ ਜਾ ਕੇ ਉਹ ਟੈਂਕੀ ਦਿਖਾਈ ਦਿੰਦੀ ਹੈ ਉਸ ਸਾਈਡ ਤੇ ਪਾਰਕਿੰਗ ਤਕਰੀਬਨ 3-400 ਮੀਟਰ ਹੈ ਉੱਥੋਂ ਆਟੋ ਵੀ ਮਿਲ ਜਾਂਦੇ ਇੱਥੇ ਓਨਲੀ ਆ ਮਰੀਨਾ ਹੈ ਸਾਰੀਆਂ ਬੋਟਸ ਖੜੀਆਂ ਹਨ ਤੇ ਆ ਦੇਖੋ ਇਧਰ ਹੈ ਸਮੁੰਦਰ ਸਮੁੰਦਰ ਦੇ ਨਾਲ ਹੀ ਇਹ ਪੋਲ ਹੈ ਜਿਹਦੇ ਉੱਤੇ ਤੁਰ ਕੇ ਆਪਾਂ ਹੁਣੇ ਜਾਣਾ ਬੇੜੀ ਦੇ ਕੋਲ ਉੱਥੇ ਜੇ ਆਪਾਂ ਇਧਰ ਵੇਖੀਏ ਨਾ ਉਹ ਦੂਰ ਇਹ ਪੁਲ ਬਣ ਰਿਹਾ ਜੀ ਬੇਟ ਦਵਾਰ ਕਾ ਜਾਣ ਵਾਸਤੇ ਪੁਲ ਤਕਰੀਬਨ ਤਕਰੀਬਨ ਬਣ ਗਿਆ ਸਾਈਡਾਂ ਤੋਂ ਆ ਵਿੱਚ ਘਾਰੋਂ ਥੋੜਾ ਰਹਿੰਦਾ ਹੈ ਕਿ ਬੀੜੀ ਹੁਣੇ ਭਰ ਕੇ ਤੁਰ ਪਈ ਹੈ ਤੇ ਆ ਬੀੜੀਆਂ ਹੁਣ ਲੱਗਨਦੀਆਂ ਲਾਈਨਾਂ ਦੇ ਵਿੱਚ ਮਿੰਟੋ ਮਿੰਟ ਭਰ-ਭਰ ਕੇ ਤੁਰ ਜਾਂਦੀਆਂ ਅਗੇ ਪਰ ਤੁਸੀਂ ਵੇਖੋ ਕਿਦਾਂ ਭਰੀ ਹੋਈ ਹੈ ਮੈਨੂੰ ਲੱਗਦਾ 100 150 ਬੰਦਾ ਬਿਠਾਉਂਦਾ ਉਹਦੇ ਵਿੱਚ ਅਸੀਂ ਸੋਚ ਰਹੇ ਹਾਂ ਸ਼ਾਇਦ ਸਾਲਮ ਹੀ ਲੈ ਲਈਏ ਕੱਲੇ ਉਹ ਦੂਜੀਆਂ ਬੀੜੀਆਂ ਬੜੀਆਂ ਵਧੀਆ ਭਰੀਆਂ ਜਾ ਰਹੀਆਂ ਸੀ ਪਰ ਉਹਦੇ ਵਿੱਚ ਨਾ ਕਾਫੀ ਲੋਕ ਬੀੜੀਆਂ ਸਿਗਰਟਾਂ ਪੀ ਰਹੇ ਸੀਗੇ ਫੇਰ ਅਸੀਂ ਸੋਚਿਆ ਇੱਥੇ ਆਪਸ਼ਨ ਹੈਗੀ ਆ ਆਪਣੀ ਸਾਲਮ 베ੜੀ ਕਰਨ ਦੀ ਤੇ 800 ਰੁਪਏ ਦੇ ਵਿੱਚ 베ੜੀ ਹੋ ਗਈ ਆ 15 ਕਿ ਮਿੰਟ ਦੀ ਰਾਈਡ ਆ ਤੇ ਆਪਾਂ ਹੁਣ ਆਪ ਇਹਦੇ ਵਿੱਚ ਚੜ ਕੇ ਚੱਲਦੇ ਆ ਉਪਕਾਰਕੌਰ ਤਿਆਰ ਆ ਹਾਂਜੀ ਉਪਕਾਰਕੌਰ ਬਹੁਤ ਡੀਗ ਰਹੀ ਸੀ ਤਿੰਨ ਦਿਨਾਂ ਤੋਂ ਕਦੋਂ ਫੈਰੀ 'ਚ ਜਾਣਾ ਹੈ ਇਹ ਹੀ ਫੈਰੀ ਹੈ ਭਾਈ ਇੱਥੇ ਦੀ ਮੇਰ ਕੋਰ ਜਾਣਾ ਪੁੱਤਰ ਚਲਿਏ ਹੋ ਹਾਂਜੀ ਸੰਦੇਗੇ ਮੇਰ ਕੋਰ ਅਜੇ ਤੱਕ ਆਗਿਆ ਨਹੀਂ ਦੇਣ ਦੇਈ ਸੋ ਬੇੜੀ ਤੁਰ ਪਈ ਐ ਵੇਖੋ ਕਿੰਨੇ ਪੰਛੀ ਐ ਪਾਣੀ ਦੇ ਵਿੱਚ ਸੋ ਭਾਈ ਇਹ ਬੇੜੀ ਦਾ ਕਨਸੈਪਟ ਵੇਖ ਲਓ ਤੁਸੀਂ ਆ ਗੇਅਰ ਆ ਤੇ ਆ ਇਹਦਾ ਸਟੀering ਆ ਸਾਦਿਕ ਭਾਜੀ ਦੱਸ ਰਹੇ ਆ ਕਿ ਜਿਹੜਾ ਸਾਰਾ ਸਮਾਨ ਗੁਰਦੁਆਰਾ ਸਾਹਿਬ ਜੀ ਦਾ ਇਹ ਨਾ ਬੇੜੀਆਂ ਦੇ ਉੱਤੇ ਜਾਂਦਾ ਹੁੰਦਾ ਸੀਗਾ ਗੁਰਦੁਆਰਾ ਜਦੋਂ ਬਣਿਆ ਸੀ ਉਹ ਤਿੰਨ ਬੇੜੇ ਇਕੱਠੇ ਹੀ ਬਨ ਕੇ ਖਲਾਰੇ ਇੱਕ ਦੂਜੇ ਦੇ ਨਾਲ ਆ ਵੀ ਦੋਵੇਂ ਬੇੜੇ ਇਕੱਠੇ ਹੀ ਬਨ ਕੇ ਚਲਾਉਂਦੇ ਆ ਇਹ ਹਨ ਜੀ ਭਾਈ ਗੁਰਬਾਜ ਸਿੰਘ ਨਿਆਂਗ ਸਿੰਘ 96 ਕਰੋੜੀ ਭਾਈ ਸਾਹਿਬ ਜੀ ਕਿੱਧਰ ਜਾ ਰਹੇ ਜੇ ਪੇਟਦਵਾਰ ਕਾ ਤੇ ਕੀ ਕਰਨਾ ਉਥੇ ਉਥੇ ਭਾਈ ਮੋਤਮ ਸਿੰਘ ਦਾ ਜਨਮ ਸਥਾਨ ਹੈ ਆ ਵੱਡੇ ਵੱਡੇ ਕਾਵਰ ਬਣ ਰਹੇ ਆ ਤੇ ਪੁਲ ਜਿਹੜਾ ਉੱਤੇ ਸਲਾਈਡ ਕੀਤਾ ਜਾ ਰਿਹਾ ਹੌਲੀ ਹੌਲੀ ਦੋਵੇਂ ਪਾਸੇ ਜੁੜ ਜਾਣਗੇ ਜੋ ਜੁੜ ਗਏ ਫਿਰ ਲੋਕਾਂ ਲਈ ਸੁਖ ਹੋ ਜਾਏਗਾ ਆ ਦੇਖੋ ਜਗਾੜ ਜੇ ਜਿਹੜਾ ਲੱਗਾ ਹੋਇਆ ਹਲਾਂ ਜੀਆਂ ਵਾਲਾ ਇਹ ਹੁੰਦੀ ਬ੍ਰੇਕ ਇਹ ਜਦੋਂ ਬੇੜੀ ਲਾਉਣੀ ਨਾ ਅਗਲੇ ਪਾਸੇ ਸੁੱਟ ਦਿੰਦੇ ਸਮੁੰਦਰ ਦੇ ਵਿੱਚ ਹੀ ਖੁੱਬ ਜਾਂਦਾ ਜਾ ਕੇ ਫਿਰ ਬੇੜਾ ਉੱਥੇ ਖਲੋਤਾ ਰਹਿੰਦਾ ਅਸੀਂ ਵੀਰ ਨੂੰ ਪੁੱਛ ਰਹੇ ਆਂ ਵੀ ਜੋ ਪੁਲ ਬਣ ਗਿਆ ਤੁਹਾਡਾ ਤੇ ਬੇੜੀਆਂ ਦਾ ਤੰਦਾ ਖਤਮ ਹੋ ਜਾਏਗਾ ਕਹਿੰਦਾ ਉਦਾਸ ਆ ਬਹੁਤ ਕਹਿੰਦਾ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਕਰਾਂਗੇ ਸੋ ਆਪਾਂ ਅਗਲੇ ਪਾਸੇ ਪਹੁੰਚ ਗਏ ਆਂ ਜੀ ਇੱਧਰ ਵੇਖੋ ਰੌਣਕਾਂ ਹੀ ਲੱਗੀਆਂ ਹੋਈਆਂ ਸਾਰੀਆਂ ਬੇੜੀਆਂ ਦੀਆਂ ਗਿਣੀਆਂ ਨਹੀਂ ਜਾਂਦੀਆਂ ਕਿੰਨੀਆਂ ਕਾ ਉਹ 1 ਨੰਬਰ ਵੇੜੀ ਆ ਦੂਜੇ ਨੰਬਰ ਵੇੜੀ ਤੇ ਉਹ ਤੀਜੇ ਨੰਬਰ ਵੇੜੀ ਆ ਦੋਹਾਂ ਚੋਂ ਤੇ ਸਵਾਰੀਆਂ ਉਤਰ ਰਹੀਆਂ ਇਹਨਾਂ ਤੋਂ ਬਾਅਦ ਚ ਸਾਡੀ ਵਾਰੀ ਆਏਗੀ ਉਤਰਨ ਦੀ ਉਹ ਚੱਲ ਪੈਣ ਲੱਗੀ ਆ ਹੁਣ ਇੱਥੇ ਆਪਣੀ ਵਾਰੀ ਆ ਆਪਣੀ ਵੀ ਤੁਰਪੀ ਹੁਣ ਲੱਗਣ ਵਾਸਤੇ ਉਧਰ ਨੂੰ ਲੱਗੇ ਇੱਥੇ ਆ ਰੇੜੀਆਂ ਲਗੀਆਂ ਹੋਈਆਂ ਇਹ ਲੋਕਾਂ ਨੂੰ ਲਿਜਾਣ ਵਾਸਤੇ ਉੱਤੇ ਬਿਠਾ ਕੇ 50 ਰੁਪਏ ਲੈ ਕੇ ਜਾਂਦੇ ਆ ਉੱਥੇ ਅੱਗੇ ਮੰਦਰ ਦੇ ਕੋਲ ਆ ਗਈ 96 ਕਰੋੜੀ ਫੌਜ ਵੇਟ ਦਵਾਰਕਾ ਦਾ ਬਾਜ਼ਾਰ ਹੈ ਜੀ ਆਪਾਂ ਹੁਣ ਅੱਗੋਂ ਵੇਖਦੇ ਆ ਔਟੋ ਮਿਲ ਜੇ ਤੁੱਕਾ ਓਟਾ ਨਾਲ ਥੋੜਾ ਟਾਈਮ ਬਚ ਜਾਏਗਾ ਛੇਤੀ ਦਰਸ਼ਨ ਵੇਲੇ ਕਰਕੇ ਆ ਜਾਵਾਂਗੇ 100 ਰੁਪਇਆ ਇਹਨਾਂ ਨੇ ਲੈਣਾ ਹੈ 5 ਸਵਾਰੀਆਂ ਦਾ 20-20 ਰੁਪਏ ਗਲੀਆਂ ਤਾਂ ਤੰਗ ਹੀ ਐ ਸ਼ਹਿਰ ਦੇ ਵਿੱਚ ਕੱਪੜੇ ਲੀੜੇ ਧੁੱਪ ਰਹੇ ਆ ਜੀ ਉਧਰ ਵੀ ਵੇਖੋ ਸਾਹਮਣੇ ਆ ਗਿਆ ਜੀ ਗੁਰਦੁਆਰਾ ਸਾਹਿਬ ਜੀ ਦੀ ਦਰਸ਼ਨੀ ਡਿਓੜੀ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਤੋਪ ਬਣਾ ਕੇ ਰੱਖੀ ਹੋਈ ਐ ਪਿੱਛੇ ਲਿਖਿਆ ਹੋਇਆ ਦਾ ਬਰਥਪਲੇਸ ਆਫ 1 ਆਫ ਦਾ ਫਰਸਟ ਐਵਰ 5 ਖਾਲਸਾ ਸੋ ਐਕਚੁਅਲੀ ਇੱਕ ਤੋਪ ਪਰਾਂ ਵੀ ਐ ਦੋ ਤੋਪਾਂ ਹੀ ਪਹਿਲਾਂ ਗੇਟ ਇੱਧਰ ਸੀਗਾ ਹੁਣ ਦਰਸ਼ਣੀ ਦਿਓੜੀ ਇਧਰ ਬਣ ਗਈ ਹੈ ਉੱਪਰ ਪਾਣੀ ਦੀ ਟੈਂਕੀ ਹੈ ਥੱਲੇ ਕਮਰੇ ਬਣੇ ਹੋਏ ਹਨ ਆ ਸਾਰਾ ਸ਼ਟਰਿੰਗ ਦਾ ਸਮਾਨ ਹੈ ਪਿਆ ਕਿਉਂਕਿ ਇਧਰ ਵੀ ਇੱਕ ਮੰਜ਼ਲ ਥੱਲੇ ਬਣ ਗਈ ਹੈ ਉਤੇ ਬਣ ਰਿਹਾ ਤੇ ਅਸਲ ਚ ਸਰਾ ਅੱਗੇ ਵੀ ਬਹੁਤ ਸੋਹਣੀ ਬਣੀ ਹੋਈ ਹੈ ਆਪਾਂ ਅੱਗੇ ਚੱਲ ਕੇ ਦਰਸ਼ਨ ਕਰਦੇ ਹਨ ਤੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਆ ਜੀ ਦੋ ਹੋਰ ਸਰਾਵਾਂ ਹਨ ਇੱਕ ਇਧਰ ਦਿਖਾਈ ਦੇ ਰਹੀ ਹੈ ਤੇ ਇੱਕ ਬਿਲਡਿੰਗ ਉਹ ਪਾਸੇ ਵੀ ਬਣ ਰਹੀ ਹੈ ਸੋ ਕਾਫੀ ਜ਼ਿਆਦਾ ਕਾਰ ਸੇਵਾ ਦਾ ਕੰਮ ਇੱਥੇ ਚੱਲ ਰਿਹਾ ਹੈ ਕਾਰ ਸੇਵਾ ਇੱਥੇ ਬਾਬਾ ਲਖਾ ਸਿੰਘ ਜੀ ਕੋਟਾ ਰਾਜਸਥਾਨ ਵਾਲੇ ਕਰਾਉਂਦੇ ਹਨ ਜੀ ਗੁਰਦੁਆਰਾ ਸਾਹਿਬ ਦੇ ਲਾਗੇ ਜਾ ਕੇ ਇੱਕ ਹੋਰ ਗੇਟ ਹੈ ਜਦੇ ਉੱਤੇ ਕਿੰਨੇ ਸੋਹਣੇ ਫੁੱਲ ਖਿੜੇ ਆ ਸੋ ਸੰਗਤ ਜੀ ਵੇਟ ਦਵਾਰਕਾ ਤੇ ਦਰਸ਼ਨ ਹੋ ਰਹੇ ਹਨ ਬਹੁਤ ਹੀ ਸੋਹਣਾ ਸਥਾਨ ਰਮਣੀਕ ਸਥਾਨ ਬਣਿਆ ਹੈ ਜਿਹੜਾ ਜਨਮ ਸਥਾਨ ਪਿਆਰੇ ਭਾਈ ਮੁਕੰਦ ਸਿੰਘ ਜੀ ਦਾ ਹੈ ਸਾਨੂੰ 2016 ਚ ਵੀ ਇੱਥੇ ਦਰਸ਼ਨ ਹੋਏ ਸਨ ਹੁਣ ਇੱਥੇ ਹੋਰ ਨਵੀਆਂ ਸਰਾਵਾਂ ਬਣ ਰਹੀਆਂ ਹਨ ਲੰਗਰ ਹਾਲ ਦੀਵਾਨ ਹਾਲ ਬਣ ਰਿਹਾ ਹੈ ਕਾਰ ਸੇਵਾਵਾਂ ਚੱਲ ਰਹੀਆਂ ਹਨ ਪਿਆਰੇ ਭਾਈ ਮੋਕਮ ਸਿੰਘ ਜੀ ਇਸ ਸਥਾਨ ਤੇ ਹੀ ਪੈਦਾ ਹੋਏ ਸਨ ਵੈਸੇ ਇਸ ਸਥਾਨ ਦਾ ਸਿੱਖੀ ਦੇ ਨਾਲ ਨਾਤਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਸ਼ੁਰੂ ਹੋ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਦੂਜੀ ਉਦਾਸੀ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੇਟ ਦਵਾਰ ਕਾ ਇੱਥੇ ਆਏ ਸਨ ਤਾਂ ਇਹ ਪਿਆਰੇ ਭਾਈ ਮੋਹਕਮ ਸਿੰਘ ਜੀ ਦਾ ਪਰਿਵਾਰ ਜਿਹੜਾ ਸੀਗਾ ਕਈ ਪੁਸ਼ਤਾਂ ਪਹਿਲਾਂ ਤੋਂ ਹੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਟਾਈਮ ਦੇ ਉੱਤੇ ਹੀ ਸਿੱਖੀ ਦੇ ਲੜ ਲੱਗ ਗਿਆ ਸੀ ਪਿਆਰੇ ਭਾਈ ਮੋਹਕਮ ਸਿੰਘ ਜੀ ਦਾ ਜਨਮ 1676 1676 ਦਾ ਲਿਖਿਆ ਹੋਇਆ ਹੈ ਔਰ ਉਹਨਾਂ ਦੇ ਪਿਤਾ ਜੀ ਦਾ ਨਾਮ ਤੀਰਥਰਾਮ ਤੇ ਮਾਤਾ ਜੀ ਦਾ ਨਾਮ ਦੇਵਾ ਬਾਈ ਸੁਖਦੇਵੀ ਲਿਖਿਆ ਹੁੰਦਾ ਹੈ ਉਹਨਾਂ ਦੀ ਇੱਥੇ 9 ਸਾਲ ਤੱਕ ਇੱਥੇ ਰਹੇ ਹਨ ਫਿਰ ਉਹ 9 ਸਾਲ ਦੀ ਉਮਰ ਦੇ ਵਿੱਚ 1685 ਦੇ ਕਰੀਬ ਇਥੋਂ ਆਨੰਦਪੁਰ ਸਾਹਿਬ ਚਲੇ ਗਏ ਸਨ ਉਥੇ ਹੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੀਵਨ ਬਤੀਤ ਕਰਦੇ ਹਨ ਤਾਂ ਸੰਗਤ ਜੀ 30 ਮਾਰਚ 1699 ਦਾ ਦਿਨ ਵਿਸਾਖੀ ਦਾ ਦਿਨ ਜਦੋਂ ਕਲਗੀਧਰ ਪਿਤਾ ਜੀ ਨੇ ਖਾਲਸਾ ਸਾਜਿਆ ਉਸ ਦਿਨ ਪਹਿਲੀ ਵਾਰ ਤਾਂ ਭਾਈ ਦਇਆ ਸਿੰਘ ਜੀ ਉੱਠੇ ਸਨ ਭਾਈ ਧਰਮ ਸਿੰਘ ਜੀ ਫਿਰ ਭਾਈ ਹਿੰਮਤ ਸਿੰਘ ਜੀ ਤੇ ਚੌਥੀ ਵਾਰ ਭਾਈ ਮੋਹਕਮ ਸਿੰਘ ਜੀ ਉੱਠੇ ਸਨ ਤੇ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਉੱਠੇ ਸਨ ਚੌਥੇ ਨੰਬਰ ਤੇ ਆਪਣਾ ਸੀਸ ਪੇਟ ਕਰਕੇ ਕਲਗੀਧਰ ਜੀ ਦੇ ਚਰਨਾਂ ਨੂੰ ਪ੍ਰਵਾਣ ਹੋ ਗਏ ਤੇ ਉਸ ਦਿਨ ਤੋਂ ਫਿਰ ਪਿਆਰੇ ਭਾਈ ਮੋਹਕਮ ਸਿੰਘ ਜੀ ਹੋ ਗਏ ਸੰਗਤ ਜੀ ਉਸ ਸਮੇਂ ਪਿਆਰੇ ਭਾਈ ਮੋਹਕਮ ਸਿੰਘ ਜੀ ਦੀ ਉਮਰ ਸਿਰਫ 23 ਸਾਲ ਸੀ ਪੰਜ ਪਿਆਰਿਆਂ ਦੇ ਵਿੱਚੋਂ ਇਹ ਸਭ ਤੋਂ ਛੋਟੀ ਉਮਰ ਦੇ ਪਿਆਰੇ ਸਨ ਔਰ ਹਰ ਜੰਗ ਜਿਹੜੀ ਕਲਗੀਧਰ ਪਿਤਾ ਜੀ ਨੇ ਲੜੀ ਹੈ ਪਿਆਰੇ ਭਾਈ ਮੋਹਕਮ ਸਿੰਘ ਜੀ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਹਨ ਕਲਗੀਧਰ ਪਿਤਾ ਜੀ ਦੇ ਸਭ ਤੋਂ ਨਿਕਟਵਰਤੀ ਸਿੰਘਾਂ ਦੇ ਵਿੱਚੋਂ ਸਨ ਔਰ ਇੱਕ ਗੱਲ ਆਪ ਜੀ ਦੇ ਨਾਲ ਸਾਂਝ ਪਾ ਦਈਏ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਵੱਧ ਪਿਆਰੇ ਭਾਈ ਮੋਹਕਮ ਸਿੰਘ ਜੀ ਨੇ ਮੁਗਲ ਖੇਮੇ ਵਿੱਚ ਤਬਾਹੀ ਮਚਾਈ ਸੀ ਇਹ ਉਹ ਪਿਆਰੇ ਹਨ ਜਿਨ੍ਹਾਂ ਸਵਾ ਲੱਖ ਨਾਲ ਲੜ ਕੇ ਦਿਖਾਇਆ ਕਲਗੀਧਰਪਤਾ ਜੀ ਦਾ ਬਚਨ ਪੂਰਾ ਕੀਤਾ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਚਮਕੌਰ ਦੀ ਗੜੀ ਦੇ ਵਿੱਚ ਤਕਰੀਬਨ 28 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ ਸਾਡਾ प्यारे भाई मोहकम सिंह जी ਦੇ ਚਰਨਾਂ ਦੇ ਵਿੱਚ ਸਿਰ ਝੁਕਦਾ ਹੈ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਮਹਾਕਵੀ ਜਿਨ੍ਹਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ ਉਹ ਵੀ ਪਿਆਰੇ ਭਾਈ ਮੋਹਕਮ ਸਿੰਘ ਜੀ ਦੇ ਵੰਸਜ ਦੱਸੇ ਜਾਂਦੇ ਹਨ ਇਹ ਅਸਥਾਨ ਜਿੱਥੇ ਅਸੀਂ ਹੁਣ ਖੜੇ ਹਾਂ ਇਹ ਬੇਟ ਦਵਾਰਕਾ ਹੈ ਆਪਾਂ ਔਖਾ ਤੋਂ ਬੇੜੀ ਤੇ ਚੜ ਕੇ ਇੱਥੇ ਆਏ ਸੀ ਇਹ ਇੱਕ ਸਰਾਂ ਹੈ ਇਧਰ ਨਾਲ ਹੀ ਲੰਗਰ ਹਾਲ ਤੇ ਦੀਵਾਨ ਹਾਲ ਬਣ ਰਿਹਾ ਹੈ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਠੰਡੀ ਠੰਡੀ ਰਮਣੀਕ ਜਈ ਹਵਾਏ ਤੇ ਵਗਦੀ ਰਹਿੰਦੀ ਹੈ ਸਮੁੰਦਰ ਦਾ ਕਿਨਾਰਾ ਹੈ ਦੂਰ ਪਿੱਛੇ ਵੀ ਸਮੁੰਦਰ ਹੀ ਦਿਖਾਈ ਦੇ ਰਿਹਾ ਹੈ ਤਕਰੀਬਨ ਅੱਧਾ ਕਿਲੋਮੀਟਰ ਦੂਰ ਤੱਕ ਘਰ ਹਨ ਫੇਰ ਸਮੁੰਦਰ ਹੀ ਦਿਖਾਈ ਦਿੰਦਾ ਹੈ ਇਧਰ ਨਵੀਂ ਸਰਾ ਇੱਕ ਮੰਜ਼ਲ ਬਣ ਚੁੱਕੀ ਹੈ ਦੂਜੀ ਬਣ ਰਹੀ ਹੈ ਪਿੱਛੇ ਗੁਰਦੁਆਰਾ ਸਾਹਿਬ ਜੀ ਦੇ ਪਿਆਰੇ ਭਾਈ ਮੋਕਮ ਸਿੰਘ ਜੀ ਦਾ ਉਹ ਅਸਲੀ ਘਰ ਹੈ ਜਿੱਥੇ ਉਹ ਰਹਿੰਦੇ ਸਨ ਤਾਂ ਉਸ ਘਰ ਦੇ ਵੀ ਦਰਸ਼ਨ ਆਪ ਜੀ ਦੇ ਨਾਲ ਸਾਂਝ ਪਾਉਂਦੇ ਹਾਂ ਗੁਰਦੁਆਰਾ ਸਾਹਿਬ ਜੀ ਦੀ ਕੰਧ ਦੇ ਨਾਲ ਵੇਖੀਏ ਤੇ ਦਰਖਤ ਲੱਗੇ ਹਨ ਤੇ ਪਿੱਛੇ ਪਾਣੀ ਹੈ ਸੋ ਸੰਗਤ ਜੀ ਇਹ ਜਿਹੜਾ ਘਰ ਆਪ ਕੰਧਾਂ ਦੇਖ ਰਹੇ ਆ ਇਹ ਪਿਆਰੇ ਭਾਈ ਮੋਕਮ ਸਿੰਘ ਜੀ ਦਾ ਘਰ ਹੈ ਜੀ ਅੱਜ ਇਹਦੇ ਉੱਤੇ ਲੋਹੇ ਦੀ ਟੀਨ ਦੀ ਛੱਤ ਪਾਈ ਹੋਈ ਹੈ ਪਰ ਕੰਧਾਂ ਉਹੀ ਹਨ ਤੇ ਜੇ ਆਪਾਂ ਬੋਰਡ ਪੜ੍ਹੀਏ ਇੱਥੇ ਬੋਰਡ ਦੇ ਉੱਤੇ ਵੀ ਲਿਖਿਆ ਹੋਇਆ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਨਿਵਾਸ ਸਥਾਨ ਭਾਈ ਮੋਹਕਮ ਸਿੰਘ ਜੀ ਬੇਟ ਦਵਾਰ ਕਾ ਸੋ ਇੱਕ ਆ ਦਰਵਾਜ਼ਾ ਛੋਟਾ ਲੱਗਾ ਹੋਇਆ ਇਹ ਤੇ ਕਬਜੇ ਹੋਣ ਵਾਲੇ ਲੱਗਦੇ ਆ ਦਰਵਾਜ਼ੇ ਆ ਪੁਰਾਣੇ ਕੁੰਡੇ ਹਨ ਦਰਵਾਜ਼ਾ ਉਹੀ ਸਟਾਈਲ ਜਿਹੜੇ ਆਪਣੇ ਪੁਰਾਣੇ ਘਰਾਂ ਦੇ ਵਿੱਚ ਹੁੰਦੇ ਸੀ ਉੱਤੇ ਸੰਗਲੀ ਵਾਲਾ ਕੁੰਡਾ ਲੱਗਾ ਹੋਇਆ ਜਿੰਦਾ ਲੱਗਣ ਵਾਸਤੇ ਤੇ ਇਹੀ ਘਰ ਜਿਹੜਾ ਹੁਣ ਐਸ ਲੰਗਰ ਹਾਲ ਵੀ ਯੂਜ਼ ਕੀਤਾ ਜਾਂਦਾ ਪਿੱਛੇ ਸਮਾਨ ਵਗੈਰਾ ਰੱਖਿਆ ਹੁੰਦਾ ਹੈ ਆਪਾਂ ਅੰਦਰ ਚਲੇ ਆਂ ਜੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦੇ ਦਰਸ਼ਨ ਮਿਲਦਾ 2016 ਚ ਵੀ ਇੱਥੇ ਹੀ ਹੋਏ ਆ ਆਪ ਜੀ ਇੱਥੇ ਹੀ ਸੀਗੇ ਹਾਂ ਜੀ ਹਾਂ ਮੈਂ ਪਛਾਣ ਲਿਆ ਵਾਹਿਗੁਰੂ ਜੀ ਕੀ ਬਾਤ ਹੈ ਵਾਹਿਗੁਰੂ ਜੀ ਆ ਕੰਧ ਨਵੀਂ ਹੈ ਕੇ ਪੁਰਾਣੀ ਹੈ ਪੁਰਾਣੀ ਹੈ ਜੀ ਇਹ ਵੀ ਪੁਰਾਣੀ ਹੈ ਇਹ ਵੀ ਪੁਰਾਣੀ ਹੈ ਤੇ ਇਹ ਵੀ ਪੁਰਾਣੀ ਹੈ ਆ ਕੰਧ ਸਾਹਮਣੇ ਜਿੱਥੇ ਜੋੜ ਲੱਗਾ ਏ ਉੱਚੀ ਚੁੱਕੀ ਏ ਥੋੜੀ ਜੀ ਟੀਨਾ ਪਾਉਣ ਵਾਸਤੇ ਦੱਸ ਰਹੇ ਆਪਾਂ ਅੰਦਰ ਚੱਲਦੇ ਆਂ ਆਹ ਜੇ ਜਾਣ ਤੋਂ ਪਹਿਲਾਂ ਵੇਖੀਏ ਆ ਮਘੋਰੇ ਕੰਧ ਦੇ ਵਿੱਚ ਹਵਾ ਵਾਸਤੇ ਲਾਈਟ ਵਾਸਤੇ ਪੁਰਾਣੇ ਬਣੇ ਹਨ ਇੱਕ ਪਰਸ਼ਤੀ ਟਾਈਪ ਹੈ ਇੱਕ ਆ ਥੰਮੀ ਹੈ ਜਿੱਦੇ ਉੱਤੇ ਸ਼ਾਇਦ ਸਮਾਨ ਵਗੈਰਾ ਵੀ ਰੱਖਿਆ ਜਾਂਦਾ ਹੋਵੇਗਾ ਅੰਦਰ ਚੱਲ ਕੇ ਆਪਾਂ ਅੰਦਰਸ਼ਣ ਮੇਲੇ ਕਰਦੇ ਆਂ ਜੀ ਇਹ ਦਰਵਾਜ਼ਾ ਹੈ ਜੀ ਅੰਦਰ ਸਮਾਨ ਰੱਖਿਆ ਜਾਂਦਾ ਹੈ ਲੰਗਰ ਵਾਸਤੇ ਰਸਦ ਤੇ ਅਸਲ ਦੇ ਵਿੱਚ ਇਹ ਕਮਰਾ ਹੈ ਜੀ ਇਹ ਕਮਰਾ ਕਾਫੀ ਲੰਮਾ ਹੈ ਇਹ ਜਿਹੜੀ ਅਲਮਾਰੀ ਇਹ ਤਾਂ ਇੰਨੀ ਪੁਰਾਣੀ ਲੱਗਦੀ ਨਹੀਂ ਐ ਪਤਾ ਨਹੀਂ ਬਾਅਦ ਵਿੱਚ ਇਹਦੇ ਵਿੱਚ ਐਡੀਸ਼ਨ ਕੋਈ ਹੋਈ ਹੋਵੇ ਕਿਉਂਕਿ ਆ ਕਿੱਲੀਆਂ ਵੀ ਸਾਰੀਆਂ ਨਵੀਆਂ ਲੱਗੀਆਂ ਹਨ ਆ ਰੰਗ ਵਗੈਰਾ ਫੇਰਿਆ ਹੋਇਆ ਇਹਨੂੰ ਤਰੇੜਾਂ ਪੁਰਾਣੀਆਂ ਆਈਆਂ ਹਨ ਆ ਪਿੱਛੇ ਇੱਕ ਹੋਰ ਕਮਰਾ ਹੈ ਤੇ ਇਸ ਕਮਰੇ ਦੇ ਵਿੱਚ ਵੀ ਉਹੀ ਕੰਧਾਂ ਦਰਵਾਜ਼ੇ ਸਿਰਫ ਇਹਨੂੰ ਹੁਣ ਰੰਗ ਕੀਤਾ ਗਿਆ ਹੈ ਸੋ ਕੰਧਾਂ ਜੇ ਲਾਗੋ ਵੇਖੀਏ ਤਾਂ ਇਹ ਕੰਧਾਂ ਪੱਧਰੀਆਂ ਨਹੀਂ ਹਨ ਉੱਚੀਆਂ ਨੀਵੀਆਂ ਹਨ ਆਹ ਤੇ ਪੇਟੀਆਂ ਛੋਟੀਆਂ ਛੋਟੀਆਂ ਸੰਦੂਕੜੀਆਂ ਰੱਖੀਆਂਆਂ ਇੱਥੇ ਲੰਗਰ ਦੇ ਸਮਾਨ ਵਾਸਤੇ ਸੰਗਤ ਜੀ ਬੇਟ ਦਵਾਰ ਦਾ ਇੱਕ ਟਾਪੂ ਹੈ ਉੱਥੇ ਦੇਖੋ ਕਿੰਨਾ ਤੇਲ ਬਰਤਨ ਲੰਗਰ ਵਾਸਤੇ ਰੱਖੇ ਹਨ ਇਹ ਕਾਰ ਸੇਵਾ ਤਨ ਹਨ ਗੁਰਸਿੱਖ ਜਿਹੜੇ ਇੰਨੀ ਇੰਨੀ ਦੂਰ ਆ ਕੇ ਇੰਨੀਆਂ ਇੰਨੀਆਂ ਸੇਵਾਵਾਂ ਸੰਭਾਲਦੇ ਹਨ ਬਹੁਤ ਸੋਹਣੇ ਦਰਸ਼ਨ ਮਿਲੇ ਹੋ ਗਏ ਹਨ ਪ੍ਰਸ਼ਾਦਾ ਪਾਣੀ ਅਸੀਂ ਛਕ ਲਿਆ ਆਉਟੋ ਸਾਡਾ ਬਾਹਰ ਆ ਗਿਆ ਹੁਣ ਆਪਾਂ ਵਾਪਸ ਚੱਲੇ ਹਾਂ ਜੀ ਤਕਰੀਬਨ 400 ਕਿਲੋਮੀਟਰ ਦਾ ਸਵੇਰੇ ਸਫਰ ਕਰਕੇ ਅੰਜਾਰ ਸ਼ਹਿਰ ਤੋਂ ਇੱਥੇ ਪਹੁੰਚੇ ਸੀ ਹੁਣ 베ੜੀ ਤੇ ਵਾਪਸ ਜਾਵਾਂਗੇ ਤੇ ਤਕਰੀਬਨ 200 ਕਿਲੋਮੀਟਰ ਦਾ ਹੋਰ ਸਫਰ ਕਰਕੇ ਤੇ ਅੱਜ ਰਾਤ ਨੂੰ ਆਰਾਮ ਕਰਾਂਗੇ ਮਿਰਪੁਰ ਜੀ ਗੁਰਦਾਸਬ ਦਰਸ਼ਨ ਕਰ ਲਏ ਆ ਨਹੀਂ ਕੀਤੇ ਨਹੀਂ ਤੁਸੀਂ ਇਦਾਂ ਝੂਠ ਕਿਦਾਂ ਬੋਲ ਸਕਦੇ ਆ ਆਪਾਂ ਤਾਂ ਹੁਣੇ ਜਾ ਕੇ ਆਏ ਆ ਤੁਸੀਂ ਲੰਗਰ ਛਕਿਆ ਸੀ ਨਹੀਂ ਲੰਗਰ ਵੀ ਛਕਿਆ ਉਹ ਵੀ ਝੂਠ ਬੋਲਤਾ ਐਨਕਾ ਬੜੀਆ ਵਧੀਆ ਲਾਈਆਂ ਤੁਸੀਂ ਮੈਨੂੰ ਨਹੀਂ ਦੰਦੀ ਐਨਕਾ ਲੱਗਦੇ ਇੱਕ ਹੈ ਮੇਰੇ ਕੋਲ ਐਨਕਾ ਨਹੀਂ ਹੈਗੀ ਪੁੱਤ ਐ ਐਨਕਾ ਦੇ ਉਤੋਂ ਦੀ ਦੇਖਣਾ ਤੁਸੀਂ ਸਿੱਖ ਲਿਆ ਵਾ ਮੋਤੀ ਵੇਖੋ ਰੰਗ ਬਰੰਗੇ ਕਿੰਨੇ ਸੋਹਣੇ ਆ ਇਹ ਇਧਰ ਵੀ ਮੋਤੀ ਹੈ ਜਿਹੜੇ ਪਾਉਣ ਵਾਲੇ ਅਸੀਂ ਤਾਂ ਪਾਉਂਦੇ ਨਹੀਂ ਆ ਸੰਖ ਵੱਲ ਨੂੰ ਹੋ ਗਈਆਂ ਫੌਜਾਂ ਲੱਗਦੀਆਂ ਸੰਖ ਆਹ ਵੇਖੋ ਕਿੰਨੇ ਸੰਖ ਪਏ ਆ ਬੇੜੀ ਆਪਾਂ ਫੇਰ ਆਪਣੀ ਕਰ ਲਈ ਆ ਐ ਜਦੋਂ ਅਸੀਂ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਜਾਣਾ ਹੈ ਤਾਂ ਕਹਿੰਦੇ ਕਿ ਤੁਸੀਂ 1500 ਰੁਪਇਆ ਲੱਗੇਗਾ ਫਿਰ ਕਰਦਿਆਂ ਕਰਾਉਂਦਿਆਂ ਹਜ਼ਾਰ ਤੇ ਆਏ ਅਸੀਂ ਕਿਹਾ ਜੇ ਤੇ 800 ਚ ਤੁਰੋਗੇ ਇੱਕ ਸਕਿੰਟ ਚ ਤੁਰ ਪਾਂਗੇ ਨਹੀਂ ਤੇ ਫਿਰ ਅਸੀਂ ਦੂਜੀ ਬੇੜੀ ਚ ਬਹਿਣ ਲੱਗੇ ਲੋਕਾਂ ਦੇ ਨਾਲ ਫਿਰ ਆਪੇ ਹੀ 800 ਚ ਹੀ ਤੋਰ ਲਈ ਆਏ ਆਈ ਕਿਹਾ ਵੀ ਤੁਰਪੋ ਸ਼ੈਦੀ ਨਹੀਂ ਜਾਈ ਦੋਆ ਬੇੜੀਆਂ ਦੇ ਪੈਰ ਰੱਖਣ ਲੱਗੇ ਗਰਵਾਜ ਸਿੰਘ ਨੇ ਸ਼ੰਖ ਲੈ ਲਿਆ ਸ਼ੰਖ ਵਜਾ ਕੇ ਦਿਖਾਓ ਮੇਰਕੌਰ ਜੀ ਵਜਾਉਣਗੇ ਮੇਰਕੌਰ ਨੂੰ ਦੇ ਦੋ ਨਹੀਂ ਮੇਰਕੋਰ ਕੋਲ ਤੇ ਨਹੀਂ ਆ ਸੋ ਮੇਰਕੋਰ ਨੂੰ ਇੱਕ ਹੀ ਵਰਡ ਆਉਂਦਾ ਜੀ ਨਹੀਂ ਆ ਪਾਣੀ ਦੇ ਵਿੱਚ ਨਜ਼ਾਰੇ ਲੁੱਟਣ ਦੇ ਆ ਬੈਠਾ ਆ ਗਏ ਆ ਆਪਾਂ ਹੁਣ ਵਾਪਸ ਆਪਣੇ ਟਿਕਾਣੇ ਤੇ ਤੇ ਫੈਰੀ ਰਾਈਡ ਕਰਕੇ ਕਿਦਾਂ ਲੱਗਾ ਬਹੁਤ ਵਧੀਆ ਸੋ ਹੁਣ ਤੇ ਕੋਈ ਮਨ ਦੀ ਇੱਛਾ ਹੋਰ ਨਹੀਂ ਨਾ ਰਹਿ ਗਈ ਰਹਿ ਗਈ ਕਿਹੜੀ ਆ ਨਾਰੀਅਲ ਪੀਣੀ ਨਾਰੀਅਲ ਪੀਣ ਦੀ ਫਿਰ ਜੇ ਨਾਰੀਅਲ ਪੀ ਲਿਆ ਉਸ ਤੋਂ ਬਾਅਦ ਤੇ ਨਹੀਂ ਕੋਈ ਹੋਰ ਇੱਛਾ ਰਹੇਗੀ ਨਹੀਂ